Hazro va a venir a ver. Madian, when you turn in the Sanda Ira said the Lakori and Adi. I Lakori than in Chocola. Lakori can I get you? क्या हाल है भरावा ये केड़ा मला यार लकोड़ी ना लकोड़ी शुरू होनी है जी कुछ तो के अच्छा हां मला चलो हला हला ये तो ग्रा शुरू होना है ते की को पंडिया कोई नहीं मेहमान आए ना चले हला अच्छा अच्छा छे कोई आवे त बाद नाल जड़ा सब्जियां हां ओ जी ओ मेहमान के पिंडी जो क्या हाल है जी खैर ते ई तोड़ा ग्राम है जी माशाल्लाह ई माशाल्लाह जी साडा ग्राम है जी लकोड़ी शरीफ अच्छा ते ई ई मतलब भी है तो कोई या छड़ी लकोड़ी है बस ते मतलब नहीं पूरा ग्राम ही लोग जे ग्राम है तो सारे ग्राम है बस लकोड़ी ही जड़ा ना ओ माशाल्लाह ते तो मशहूर है बड़े मीनारे वाली मस्जिद हो बड़े मीनारे वाली मस्जिद हां टावर भी लग गया कोल टावर वाला मला ओ जी ओ खुश रहने क्या हाल है जवान खैर जी कितने महीने के फिराना है बस नहीं ये तक मैंने शौक तक बाल कटाने अल्लाह माशाल्लाह जी लकोड़ी जिंदाबाद जी समोसी अस्सलाम वालेकुम क्या हाल है बाबू ठीक है ती कितने ने समोसे लाए भाई एक एक 10 रुपए ने लाए दा ना ती की भी सब्जी पाने हो या कीमा पाने हो नहीं नहीं आलू ही पाने हैं आलू हां तेरी है जी लकोड़ी ने वेच काजी खेल होटल जबरदस्त होटल दे इधर माशाल्लाह पकोड़े दे समोसे दे सब कुछ पे चलने जी ओ क्या हाल जी ओ केड़े समोसे ले बहु निके निके इस समोसे ने बच्चे लाए पाए ने हां जी बच्चे ने ओ देरी गैर दी किस तरह का समोसा एक दा ना माशाल्लाह ए बड़े मजे ने जी ऐसा खा देन दे को बड़े टेस्टी ने ओ माशाल्लाह अले बर्गर भी है ना कितना ना बर्गर है सिर्फ 50 रुपए ना वो तेरी है लकोड़िया ने तो मजे कितना सस्ता काम माशाल्लाह तेरी है जी चाय ते नाल सालोन ते हर चीज दो रुपए मिलनी है ग्राए ने वे अस्सलाम वालेकुम ओ क्या हाल है दाजी कमे जम गए पे ने हां ओ तेरी है दूध पति चलला पे हां ਇੱਕ ਹੋਰ ਕੀ ਇਸ ਤੋਂ ਇਲਾਵਾ ਕੀ ਉਹਨਾਂ ਨੇ ਸਾਡੇ ਕੋਲ ਜਿਹੜਾ ਰਸਾਲਾ ਨੂੰ ਸੇਕ 2 ਸਾਲਾਂ ਤੋਂ ਪਕਾਣਾ ਹੈ ਕਿ ਤੋਂ ਸਾਹਿਬ ਪਕਾ ਜੰਨੇ ਆ ਅੱਛਾ ਅੱਛਾ ਕੀਮਾ ਹਾਂ ਉਹ ਮਾਸ਼ਾ ਛੋਲੇ ਪਕਾ ਜੰਨੇ ਆ ਕਿ ਤੋਂ ਸਬਜ਼ੀ ਨਾਲ ਜਾਂ ਗੋਸ਼ਤ ਨਾਲ ਕਰ ਜੰਨੇ ਆ ਅੱਛਾ ਅੱਛਾ ਤੇ ਕੋ ਕੜਾਈ ਛੜਾਈ ਦਾ ਨਿਜ਼ਾਮ ਦੇ ਚਲੋ ਗਿਰਾਂ ਵਿੱਚ ਕਿਸੇ ਦੀ ਜ਼ਰੂਰਤ ਆਣਾ ਹੈ ਤਾਂ ਸੋ ਕੋਲੇ ਚਲੋ ਗਿਰਾਂ ਜੋ ਕਹਿਣਾ ਨੂੰ ਜੋੜ ਲੈ ਤੋ ਆ ਅਮਰ ਜੀ ਮਾੜਾ ਮੋਟਾ ਟਾਕ ਤੋਂ ਸ਼ੁਕਰ ਹੈ ਸੋਹਣੇ ਮਾਲਕ ਹੋ ਜੀ ਤੇ ਰੋਟੀਆਂ ਵੀ ਹੋਣੀਆਂ ਤੰਦੂਰ ਵੀ ਆ ਤੰਦੂਰ ਉਹ ਸਾਹਮਣੇ ਲੱਗੇ ਹੋ ਵਾਹ ਜੀ ਵਾਹ ਜ਼ਬਰਦਸਤ ਜੀ ਮਾਸ਼ਾਅੱਲਾ ਕਾਜੀ ਖੈਲ ਹੋਟਲ ਤੇ ਕੜਾਈ ਛੜਾਈ ਵੀ ਬਣਦੀ ਆ ਆਰਡਰ ਤੇ ਆ ਬਿਲਕੁਲ ਜੀ ਕੜਾਈ ਬਣਦੀ ਹੈ ਅੱਲਾ ਕਰਨਾ 2-4 ਸਾਕੇ ਸ਼ਾਮੀਆਂ ਕੜਾਈਆਂ ਆ ਗਰਾਏ ਨੇ ਵਿੱਚ ਮਾਸ਼ਾਅੱਲਾ ਅੱਛਾ ਹੈ ਜੀ ਜ਼ਬਰਦਸਤ ਜੀ ਆ ਖੁਸ਼ ਰਹੋ ਜੀ ਮਾਸ਼ਾਅੱਲਾ ਜੀ ਜ਼ਬਰਦਸਤ ਗਰਾ ਜੀ ਮਾਸ਼ਾਅੱਲਾ ਲਕੋੜੀ ਲਾ ਜੀ ਇੱਥੇ ਤੇ ਮਠਾਈ ਦੀ ਦੁਕਾਨ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਠੀਕ ਹੋ ਕੀ ਬ ਕਰਨੇ ਕੋ ਅੱਜ ਨੇ ਬੁਲਾਇਆ ਨਾ ਆਪਸਾ ਕੋ ਰਸਤੇ ਪਰ ਦੁਕਾਨ ਹੈ ਇੱਕ ਨਾ ਕਹਿਣਾ ਹੈ ਨਾ ਕੋਈ ਮਿੱਠਾ ਜਿਹਾ ਹਲਾ ਸੁਣਾ ਕਹਿਣਾ ਤੇ ਤੁਸਾਂ ਨੇ ਵੀ ਦੁਕਾਨ ਹੈ ਸਾਡੀ ਵੀ ਦੁਕਾਨ ਹੈ ਪਿੱਛੇ ਹਲਾ ਕਾਈ ਨਹੀਂ ਦਰਜੇ ਨਹੀਂ ਦੁਕਾਨ ਹੈ ਓ ਮਾਸ਼ਾਅੱਲਾ ਪਰਪੇ ਦੇ ਪਾਸੇ ਕੋ ਦੁਕਾਨ ਹੈ ਸਾਡੀ ਹਲਾ ਉਹ ਤੋਂ ਦਰਜੀਆਂ ਨਹੀਂ ਚੱਕਰ ਲਾਓ ਇਹਨਾਂ ਨੇ ਬਹੁਤ ਬਣ ਮਠਾਈ ਦੀ ਓ ਮਠਾਈ ਅੱਛੀ ਆ ਇਹ ਤੋਂ ਖੜਨੇ ਹੋ ਵੀ ਅੱਛੀ ਨਹੀਂ ਤੋਈ ਖੜਨੇ ਆ ਓ ਜੀ ਓ ਨੇ ਪਾਰੇ ਤੇ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਠੀਕ ਹੋ ਤੇ ਕੀ ਬਤ ਤਿਆਰ ਕਰਨੇ ਹੋ ਤੁਸੀਂ ਮਠਾਈਆਂ ਜੀ ਮਿੱਠੀਆਂ ਰੋਟੀਆਂ ਬਤ ਤਿਆਰ ਕਰਨੇ ਹੋ ਮਿੱਠੀਆਂ ਰੋਟੀਆਂ ਗੁੜਨੇ ਬੜੇ ਹੋਣੇ ਗੁੜੇ ਨਹੀਂ ਤੇ ਕਿਸ ਤਰ੍ਹਾਂ ਦਾ ਕਿਲੋ ਇਹ ਅਸੀਂ 450 ਰੁਪਏ ਕਿਲੋ ਤੇ ਸੇਲ ਕਰਨੇ ਹਲਾ 450 ਉਹ ਮਾਸ਼ਾਅੱਲਾ ਗੁੜੇ ਨਹੀਂ ਆ ਗੁੜੇ ਨਹੀਂ
ਓ ਜੀ ਲੋਕਲ ਕਿਉਂ ਜੀ ਇਸਤੇਮਾਲ ਕਰਨੇ ਹਨ ਹਾਂ ਲਤੀਫ ਕਿਉਂ ਜੀ ਇਸਤੇਮਾਲ ਕਰਨੇ ਹਨ ਅੱਛਾ ਕਿਆ ਵੇਚਾ ਜੀ ਲਤੀਫ ਤੋਂ ਇਲਾਵਾ ਬ੍ਰੈਂਡ ਕੋ ਸਾ ਕੋਈ ਵੀ ਨਾ ਮਿਲਸੀ ਹੋ ਮਾਸ਼ਾਅੱਲਾ ਜ਼ਬਰਦਸਤ ਜੀ ਤੇ ਇਹ ਕਿਸ ਤਰ੍ਹਾਂ ਨੇ ਇਹ ਵੀ 450 450 ਤੇ ਜਲੇਬੀ ਉਹ ਵੀ 450 450 ਯਾਨੀ ਪੱਕਾ ਰੇਟ 450 ਵਾਲਾ ਰਹਤੀ ਇਹ ਅੱਗੇ ਮਟ ਪਤੀਸਾ ਹਲਵਾ ਇਹ ਕਿਸ ਤਰ੍ਹਾਂ ਹੈ 600 ਰੁਪਏ ਕਿਲੋ ਮਾਸ਼ਾਅੱਲਾ 500 ਮਿਕਸ ਮਠਿਆਈ ਜਿਹੜੀ ਹੁੰਦੀ ਹੈ ਉਹ 600 ਰੁਪਏ ਕਿਲੋ ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ ਫਿਰ ਸਵੀਟ ਲਕੋੜੀ ਕੀ ਹਾਲ ਨੇ ਜੀ ਠੀਕ ਹੋ ਲਕੋੜੀ ਨੇ ਉਹ ਮਾਸ਼ਾਅੱਲਾ ਤੇ ਕੀ ਕੰਮ ਸ਼ਾਮ ਕਰਨੇ ਹੋ ਜ਼ਿਮੀਦਾਰ ਆ ਜ਼ਿਆਦਾ ਲੋਕ ਆਪਣੇ ਟਮਾਟਰ ਜ਼ਿਮੀਦਾਰ ਵੀ ਹੈ ਤੇ ਬਾਹਰ ਵੀ ਹੈ ਓ ਜੀ ਖੁਸ਼ ਰਹੋ ਜੀ ਮਾਸ਼ਾਅੱਲਾ ਲਕੋੜੀ ਗਰਾਂ ਵਾਲੇ ਨੀ ਮਾਸ਼ਾਅੱਲਾ ਇਹ ਸਿਰਫ ਉਹਦੇ ਇਹ ਨਾ ਮਕਾਨ ਪੁਰਾਣੇ ਪੱਟੇ ਨਾ ਤੇ ਨਵੇਂ ਪਛਾੜਨੇ ਤੇ ਕੰਧ ਜਿਹੜਾ ਹੈ ਰਾਹ ਕੋਲੋਂ ਤਕਰੀਬਨ 2-1 ਫੁੱਟ ਛੋੜ ਕੇ ਰਾਹ ਖੁੱਲ੍ਹਾ ਕੀਤਾ ਨੇ ਕੰਧ ਪਿੱਛੇ ਚਾੜੀ ਨੇ ਜੀ ਇਸ ਆਖਣ ਮਾਸ਼ਾਅੱਲਾ ਯਾਨੀ ਵੱਡੇ ਦਿਲੇ ਵਾਲੇ ਦਸ ਗਰਾਂ ਜੀ ਲਕੋੜੀ ਬਿਹਤਰੀਨ ਮਾਸ਼ਾਅੱਲਾ ਸਿੰਨੂ ਨੇ ਵਟੇ ਜੀ ਤੇ ਵਟੇ ਨੇ ਲੋਕ ਏਰੇ ਕੱਢਦੇ ਨੇ ਆ ਕੇ ਜੀ ਚੌਕ ਅਸਗੋਰ ਯਸੀਨ ਇਸ ਪਾਸੇ ਦੇ ਸਾਹਮਣੇ ਸਾਹਮਣੇ ਸਲਮ ਖਾਨ ਇਹ ਵੇਲਾ ਕੋੜੀ ਕੀ ਹਾਲ ਹੈ ਜੀ ਜ਼ਿਮੀਦਾਰ ਤੇ ਇਹ ਕੋਈ ਬੀਂ ਪਾਣੇ ਗੋਭੀ ਨਾ ਸ਼ਾਇਦ ਤੇ ਦੁਰਵੈਨਿਆ ਇਹਨਾਂ ਨਾਲ ਗੱਪ ਸ਼ੱਪ ਲਾਣੇ ਜਾਂ ਕੀ ਰਾਣੇ ਉੱਪਰ ਅਸਲਾਮ ਵਾਲੇਕੁਮ ਕੀ ਹਾਲ ਜੀ ਠੀਕ ਹੋ ਤੇ ਕੀ ਪਕੋ ਰਾਣੇ ਉੱਪਰ ਗੋਭੀ ਨੇ ਬੀਂ ਇਹ ਕਿਹੜਾ ਮੋਤੀਆ ਜਾਂ ਕਿਹੜਾ ਮੋਤੀਆ ਹੁਣ ਬਈ ਬੀਂ ਰਹੀ ਨਾ ਉੱਥੇ ਕਾਂਡ ਛਾਂਡ ਪਾਇਆ ਨੇ ਉੱਥੇ ਆਹ ਮਾਸ਼ਾਅੱਲਾ ਜੀ ਉੱਪਰ ਬੰਦ ਗੋਭੀ ਤੇ ਦੂਆ ਜਿਹੜਾ ਹੈ ਲਾ ਨਹੀਂ ਪਾਇਆ ਨੇ ਅੱਜ ਹੀ ਪਾਸੋਂ ਹਾਂ ਬੰਦ ਗੋਭੀ ਤੇ ਯਾਨੀ ਗੇਬੇਜ ਉਸ ਆਖਣੇ ਜਿਹੜਾ ਗੇਬੇਜ ਜਿਹੜਾ ਸਲਾਦ ਵੀ ਹੁੰਦੀ ਹੈ ਮਾਸ਼ਾਅੱਲਾ ਕੀ ਹਾਲ ਹੈ ਬਾਬੂ ਕੀ ਪਾ ਕਰਨਾ ਤੂੰ ਤਿਆਰ ਕਰਨਾ ਜੀ ਬਣਨ ਪਾ ਕਹਿ ਰਿਹਾ ਉਹ ਮਾਸ਼ਾਅੱਲਾ ਉਹ ਬੰਦ ਗੋਭੀ ਨੇ ਜੋ ਪਹਿਲਾਂ ਪਾਇਆ ਮਾਸ਼ਾਅੱਲਾ ਜਮ ਗਿਆ ਜਮ ਗਿਆ ਹਾਂ ਬਹੁਤ ਜ਼ਬਰਦਸਤ ਇਹ ਕਿਤਨੇ ਕਨਾ ਲਿਆ ਸਰ ਇਹ ਤਕਰੀਬਨ 50 ਕਨਾਲੀਆਂ ਸਾਰੀ ਮੋਤੀਆ ਰਸੋ ਓ ਬੰਦ ਤੇ ਮੋਤੀਆ ਜੀ ਓ ਜ਼ਬਰਦਸਤ ਚਾਚੀ ਸ਼ੌਕੀਨ ਘੋੜੀਆਂ ਘੋੜਿਆਂ ਦੇ ਜੀ ਰੇਸਾਂ ਤੇ ਨਾਲ ਪਾਰੀਆਂ ਦੇ ਸ਼ੌਕੀਨ ਕੀ ਹਾਲ ਮਸੇ ਰਿਹਾ ਠੀਕ ਹੋ ਤੇ ਘੋੜੀ ਕੋਈ ਨਵੀਂ ਆਉਂਦੀ ਆ ਹਾਂ ਮਾਸ਼ਾਅੱਲਾ ਤੇ ਕੋਈ ਸ਼ੇਅਰ ਕੀਤਾ ਨੇ ਕਿਤੇ ਤੱਕ ਫਿਰ ਆ ਕੇ ਆਉਂਦੀ ਨੇ ਹਾਲ ਟੂਲ ਟੈਕਸ ਇਹ ਪਰਸੀਨਾ ਬਹੁ ਆਉਣਾ ਵੇ ਗਰਮੀ ਆ ਮਾਸ਼ਾਅੱਲਾ ਤੇ ਕਿਧਰੇ ਨੇ ਹੋ ਤੁਸੀਂ ਸਲਮ ਖਾਨ ਹਲਾ ਸਲਮ ਖਾਨ ਹਲੇ ਘੋੜੀਆਂ ਰੱਖੀਆਂ ਪਈਆਂ
او تیری خیر یعنی خرچو ہی ان سے لوہانی ماشاءاللہ اللہ جی ببر کتے کھڑے نے پھرانے کھڑے نے او جی میں فون لگی بھائی السلام علیکم کیا حال ہے جی ٹھیک ہو میں فون لگی بھائی ہاں ماشاءاللہ تے کو داو شاوت بھی ہونی کو پکانے شکانے بھی ہونی ہو کہ نہیں انشاءاللہ فاس کلاس داو تو سی کل اللہ نے حکم ہے تے جمعے تو پیچھے ساڑے تے لنگور چل سی او تیری خیر اللہ ہنڈیاں شانی ہونی نا او ماشاءاللہ تے اللہ نے مہربانی نال ہر امیر فقیر ایتھے آن کے تے کھانے لنگور جی زبردست جی ماشاءاللہ کوئی کسی ڈاک ٹھال نہیں او تیری خیر ਫਲੇਆਮ ਜਿਹੜਾ ਮਤਲਬ ਹੈ ਬਾਹਰ ਮੰਜੀਆਂ ਪਈਆਂ ਹਰ ਬੰਦਾ ਮਤਲਬ ਹੈ ਖੁੱਲਾ ਆਣ ਕੇ ਤੇ ਖਾਣਾ ਪੀਣਾ ਲੈ ਮਾਸ਼ਾਅੱਲਾ ਜੀ ਜ਼ਬਰਦਸਤ ਡੇਰਾ ਜੀ ਮਾਸ਼ਾਅੱਲਾ ਖੁਸ਼ ਰਹੋ ਜੀ ਇਹ ਘੋੜੇ ਛੋੜੇ ਔਣ ਨਿਕਲਨੇ ਲੱਗ ਪੈਣ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਇਹ ਕਿਹੜਾ ਘੋੜਾ ਜੀ ਸੁਲਤਾਨ ਘੋੜਾ ਨਵਾਂ ਘੋੜਾ ਹੈ ਕਾਹ ਨਾ ਹੈ काजी खान पराम मल्ला ओ जियो ता भी शौक है को घोड़ा नहीं जाना है जी को गुजारा करने आ से ओ माशाल्लाह वो से ना कोई शौक लगी ऐसा हला जियो अस्सलाम वालेकुम क्या हाल है जी आज के दूर चकोर लाया ने डॉक्टर ने दिल होने दो तो ने दान दे ना हला हला नालो ताजी भी आंदा ने हां अच्छा अच्छा ਚੰਗਾ ਕੁਝ ਹੈ ਸ਼ਾਮੀ ਨੇ ਟਾਈਮ ਤੇ ਇਸ ਪਾਸੇ ਜਰਾ ਰੌਣਕ ਹੋਣੀ ਹੈ ਤੇ ਚੱਕੋ ਲਾਣਾ ਲੋੜ ਹੈ ਖੁਸ਼